आकाशवाणी वाणी खबरें विजय बजाज कोला पहले खास खास खबरें राष्ट्रपति उनके अभिभाषण पर संसद के दौने सदनों में प्रस्ताव पर चर्चा आज शुरू हो लेफ्टिनेंट गवर्नर मनोज सिन्हा ने आज जम्मू थमा अमरनाथ श्रदाल दे पहले जत्थे की कश्मीर घाटी ले रवाना कीता ਇਸ ਅਲਾਨ ਯਾਤਰਾ ਕੱਲ ਪੈਲਗਾਮ ਤੇ ਬਲਟਲ ਥਮਾ ਸ਼ੁਰੂ ਹੋ ਗਏ। ਦਿੱਲੀ ਚ ਮੌਲੇਤਾਰ ਬਰਖਾ ਕਰੀ ਜਨਜੀਵਨ ਪ੍ਰਭਾਵਿਤ ਕਈ ਇਲਾਕਿਆਂ ਚ ਬੜਾ ਮਤਾ ਪਾਣੀ ਪਰੋਚੀ ਗਿਆ ਜਿਸ ਕਰੀ ਗੱਡੀਆਂ ਦੀ ਆਉਚਾਈ ਪਰ ਮਾੜਾ ਅਸਰ ਪਿਆ ਹੈ। ਅਮਰੀਕਾ ਚ ਰਾਸ਼ਟਰਪਤੀ ਚੁਣਾਵਾਂ ਪਹਿਲੇ ਉਹਨਿਆਂ ਲਈ ਬੈਸੂ ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਮਨੇ ਸਾਹਮਨੇ ਹੋਏ ਨ। ਮਰਦੰਤੇ ਆਈਸੀਸੀ T20 ਕ੍ਰਿਕਟ ਵਿਸ਼ਵ ਕੱਪ ਦੇ ਕੱਲ ਖੇਡੇਗੇ ਦੇ ਦੂਗੇ ਸੈਮੀਫਾਈਨਲ ਮੁਕਾਬਲੇ ਚ ਭਾਰਤ ਨੇ ਇੰਗਲੈਂਡ 기ਰਾਇਆ ਫਾਈਨਲ ਚ ਆਪਣੀ ਥਾਂ ਬਣਾਈ ਲਤੀ ਹੈ ਭਾਰਤੀ ਟਰੈਕ ਐਥਲੀਟ ਕਿਰਨ ਪਹਿਲ ਨੇ ਅਗਲੇ ਮਹੀਨੇ ਪੈਰਿਸ ਚ ਹੋਣ ਵਾਲੇ 올림픽 ਖੇਡਣ ਲਈ ਮਹਿਲਾਇਂ ਦੇ 400 ਮੀਟਰ ਦੌੜ ਮੁਕਾਬਲੇ ਲਈ ਕੁਆਲੀਫਾਈ ਕਰੇ ਲਤਾ ਹੈ ਉਨਪੇਸ਼ ਖਬਰਾਂ ਤਫਸੀਲ ਕਰਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸੰਸਦ ਦੇ ਦੌਨੇ ਸਦਨੇ ਦੇ ਸਾਂਝੇ ਅਭਿਭਾਸ਼ਣ ਪਰ ਅੱਜ ਸੰਸਦ ਚ ਧੰਨਵਾਦ ਪ੍ਰਸਤਾਵ ਉੱਪਰ ਚਰਚਾ ਸ਼ੁਰੂ ਹੋਗ। ਸੰਸਦ ਦੇ ਦੌਨੇ ਸਦਨੇ ਦੀ ਸਾਂਝੀ ਬੈਠਕ ਚ ਆਪਣੇ ਸੰਬੋਧਨ ਦੌਰਾਨ ਕੱਲ ਉਹਨੇ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਤੇ ਉਪਲਬਧੀਆਂ ਪਰ ਲੋਪ ਆਈ। ਉਹਨੇ ਆਖਿਆ ਜੇ ਰਾਈ ਬਾਈ, ਡੇਰੀ ਤੇ ਮੱਛੀ ਪਾਲਣ ਵਾਲੇ ਉਦਯੋਗਾਂ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਹੋਰੀਆਂ ਆਖਿਆ ਜੇ ਸਰਕਾਰ ਨਿਰਪੱਖ ਜਾਂਚ ਤੇ ਪਰਚਾ ਲੀਕ ਹੋਣੇ ਦੇ ਆਲੀਆ ਮਾਮਲੇ ਦੇ ਦੋਸ਼ੀਆਂ ਦੀ ਸਖਤ ਸਜ਼ਾ ਦੇਗਾ। ਕਰਸਾਨੇ ਬਾਰੇ ਬੋਲਦੀ ਹੋਈ ਰਾਸ਼ਟਰਪਤੀ ਉਰਿ ਆਖਿਆ ਜੇ ਲੋਕ ਕੇ ਕਰਸਾਨੇਂ ਗੀ ਪੰਡਾਰਨਦੀਂ ਦਿੱਕਤ ਆਉਂਦੀ ਹੈ ਤੇ ਇਸ ਪੇਠਾ ਸਰਕਾਰ ਨੇ ਦੁਨੀਆ ਚ ਸਾਰੇ ਸ਼ਬ ਵੱਡਾ ਪੰਡਾਰਕਰ ਬਣਾਣੇ ਵਾਸਤੇ ਯੋਜਨਾ ਪਰ ਕੰਮ ਕਰਨਾ ਸ਼ੁਰੂ ਕਰੀ ਦਿੱਤਾ। ਉਹਨੇ ਸਰਕਾਰ ਪਾਸੇ ਹਟਾਂਚਾ ਗਤ ਵਿਕਾਸ ਬਾਰੇ ਵੀ ਗੱਲ ਕੀਤੀ ਤੇ ਆਖਿਆ ਜੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਪਿਛਲੇ 10 ਸੇਂ ਬਰਿੰਚ 380000 ਕਿਲੋਮੀਟਰ ਸ਼ਮਤੀ ਗ੍ਰਾਮ ਛੜਕੇ ਦਾ ਨਿਰਮਾਣ ਕੀਤਾ ਗਿਆ। ਪਿਆਰਤੀ ਨਿਆਂ ਸੰਹਿਤਾ ਸੰਹਿ 93 ਅਪਰਾਧਿਕ ਕਾਨੂੰਨ ਜਿਹੜੇ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਲਾਗੂ ਹੋਣ ਗਨ ਬਾਰੇ ਬੋਲਦੀ ਹੋਈ ਰਾਸ਼ਟਰਪਤੀਓ ਨੇ ਜ਼ੋਰ ਦੇ ਕੇ ਆਖਿਆ ਜਿਉਂ ਨਿਆਂ ਕੀ ਸਜ਼ਾ ਤੋਂ ਪਹਿਲੇ ਪ੍ਰਾਥਮਿਕਤਾ ਦਿੱਤੀ ਜਾਗ ਰਾਸ਼ਟਰਪਤੀ ਉਦੇ ਸੰਬੋਧਨ ਦੌਰਾਨ ਕੇਸ਼ ਸੰਸਦ ਦੇ ਨੀਟ ਮਤਿਆਂਨ ਮਾਮਲਾ ਮਣੀਪੁਰਿੰਸਾ ਤੇ ਓਰਨੇ ਕੇਸ਼ ਮੁੱਦੇ ਲਈ ਇਹ ਸੰਸਦ ਚ ਅੰਗਾਂ ਮਾਕੀਤਾ ਬਿਹਾਰ ਝਾਰਖੰਡ ਤੇ ਮੱਧ ਪ੍ਰਦੇਸ਼ ਦੇ ਨਵੇਂ ਚੁਣੇਗੇ ਦੇ 6 ਸੰਸਦ ਦੇ ਕੱਲ ਰਾਜ ਸਭਾ ਦੇ ਮੈਂਬਰ ਦੇ ਤੌਰ ਪਰ ਸਗੰਧ ਚੁੱਕੀ ਇਨੇ ਨਵੇਂ ਸਾਂਸਦਾਂ ਦੀ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਕੜੋ ਨੇ ਸੰਗਤ ਚਕਾਈ ਕਾਂਗਰਸ ਸਾਂਸਦ ਅਖਿਲੇਸ਼ ਪ੍ਰਤਸਾਦ ਸਿੰਘ Jharkhand ਮੁਕਤੀ ਮੋਰਚਾ ਦੇ ਡਾਕਟਰ ਸਰਫਰਾਜ਼ احمد ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੀਪ ਕੁਮਾਰ ਵਰਮਾ ਬੰਚੀ ਲਾਲ ਗੁਰਜਰ ਮਾਇਆ ਨਰੋਲੀਆ ਤੇ ਬਾਲਯੋਗੀ ਉਮੇਸ਼ ਨਾਥੁਰੇ ਸੰਸਦ ਦੇ ਸਦਸਿਓ ਦੇ ਰੂਪ ਵਿੱਚ ਸੰਗਤ ਚੁੱਕੀ ਹੈ ਲਫਟਨੈਂਟ ਗਵਰਨਰ ਮਨੋਤ ਸਿਨਾਉਰੀ ਅੱਜ ਬਡਲਿਆ ਜੰਮੂ ਦੇ ਪਗਵਤੀ ਨਗਰ ਵਾਲੇ ਆਧਾਰ ਸ਼ਿਵਰ ਥਾਂ 4603 ਅਮਰਨਾਥ ਸਰਦਾਲੂਏ ਦੇ ਪਹਿਲੇ ਜਥੇ ਕੀ ਸ਼੍ਰੀ ਅਮਰਨਾਥ ਜੀ ਦੀ ਯਾਤਰਾ ਲਈ ਕਸ਼ਮੀਰ ਕਾਟੀ ਦੇ ਰਵਾਨਾ ਕੀਤਾ ਇਹ ਤੀਰਥ ਯਾਤਰਾ ਕੱਲ ਕਸ਼ਮੀਰ ਕਾਟੀ ਦੇ ਪੈਲਗਾਮ ਤੇ ਬਲਤਲਾਲੇ ਆਧਾਰ ਸ਼ਿਵਰੇ ਥਾਂ ਸ਼ੁਰੂ ਹੋ ਗੇ ਸ਼ਰਦਾਲੂਆਂ ਲਈ ਪਹਿਲੇ ਜੱਥੇ ਕੀ ਅੱਜ ਜੰਮੂ ਥਮਾ ਘਾਟੀ ਲਈ ਵਰਦਾਨ ਦੇ ਮੌਕੇ ਐਲਜੀਓ ਨੇ ਆਖਿਆ ਜੇ ਪਿਛਲੇ ਤਰੇ ਚਾਰ ਬਰੇਂਦਰਾਨ ਸ਼ਰਦਾਲੂਆਂ ਲਈ ਬੜੀ ਸਾਰੀ ਸੁਵਿਧਾ ਉਪਲਬਧ ਕਰਵਾਈਆਂ ਗਈਆਂ ਤੇ ਐਕਤੀ ਵੀ ਸੱਭੇ ਜ਼ਰੂਰੀ ਤਿਆਰੀਆਂ ਤੇ ਸੁਰੱਖਿਆ ਦੇ ਵੀ ਨਿੱਗਰ ਪ੍ਰਬੰਧ ਕੀਤੇ ਗਏ ਦਿਨ ਅੱਜ ਜੰਮੂ ਥਮਾ ਰਵਾਨੋਏ ਦੇ ਪਹਿਲੇ ਜੱਥੇ ਚ ਕੁੱਲ 3631 ਮਰਦ 711 ਮਹਿਲਾ 237 ਸਾਧੂ 15 ਸਾਧਵੀਆਂ ਤੇ 9 ਬੱਚੇ ਸ਼ਾਮਲ ਨ 115 ਗੱਡੀਆਂ ਦੇ ਕਾਫਲੇ ਚ ਕੋਲੀ 1933 ਸ਼ਰਧਾਲੂ ਬਲਟਾਲ ਲਈ ਜਿਸ ਲਈ ਕਿ 116 ਗੱਡੀਆਂ ਦੇ ਕਾਫਲੇ ਚ કુલ 2670 ਸ਼ਰਧਾਲੂ ਪੈਲਗਾਮ ਲਈ ਰਵਾਨਾ ਹੋਇਨ ਜਿੱਥੂਆ ਉਹ ਕੱਲ ਸ਼੍ਰੀ ਅਮਰਨਾਥ ਜੀ ਦੀ ਸਲਾਣਾ ਯਾਤਰਾ ਸ਼ੁਰੂ ਕਰਨਗਣ ਇਤੀਸ਼ਾ ਪਹਿਲੇ ਕੱਲ ਦਿਨ ਲੈਫਟੇਨੈਂਟ ਗਵਰਨਰ ਮਨੋਤ ਸਿਨੌਰ ਨੇ ਪੈਲਗਾਮ ਚਾਈਏ ਉੱਥੇ ਸ਼ਰਧਾਲੂਆਂ ਲਈ ਕੀਤੇ ਗਏ ਬੰਦੋਬਸਤਾਂ ਦਾ ਜਾਇਜ਼ਾ ਲੈਂਤਾ ਹੈ ਤੇ ਕੱਲ ਚਿਰੈ ਸੰਨਿਆ ਐਲਜੀਓ ਨੇ ਜੰਮੂ ਦੇ ਪਗਵਤੀ ਨਗਰ ਆਧਾਰ ਸ਼ਿਵਰਦਾ ਦੌਰਾ ਲਾਇਈ ਉੱਥੇ ਕੀਤੇ ਗਏ ਪ੍ਰਬੰਧਨ ਦੀ ਵੀ ਸਮੀਖਿਆ ਕੀਤੀ ਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੌਲੇਤਾਰ ਬਰਖਾ ਕਰੇ ਜਨਜੀਵਨ 'ਤੇ ਬਾਵਤੋ ਹੋਇਆ ਜਿਹਦੇ ਕੰਨੇ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਖਿਠਾ ਹੋਈ ਗਿਤਾ ਤੇ ਗੱਡੀਆਂ ਦੀ ਆਵਾਜਾਈ 'ਤੇ ਵੀ ਮਾੜਾ ਅਸਰ ਪਿਆ ਹੈ ਰਾਜਧਾਨੀ 'ਚ ਅੱਜ ਬੱਦਲੇ ਥਮਾ ਬਰਖਾ ਹੋਰਦੀ ਹੈ ਕੱਲ ਰਾਜਧਾਨੀ ਦੇ ਕਈ ਇਲਾਕਿਆਂ 'ਚ ਤੇਜ਼ ਬਰਖਾ ਹੋਈ ਜਿਹਦੇ ਕੰਨੇ ਲੋਕਾਂ ਦੀ ਜ਼ਬਰਦਸਤ ਗਰਮੀ ਸ਼ ਰਾਤਾ ਸਲੋਈ ਹੀ ਅੱਜ ਬੱਦਲੇ ਦਿੱਲੀਪਾਈ ਅੱਡੇ ਦੇ ਟਰਮੀਨਲ 1 'ਤੇ ਛੱਤ ਦਾ ਇੱਕ ਹਿੱਸਾ ਡਿੱਗਨੇ ਕਰੀ 6 ਲੋਕ ਸਖਮੀ ਹੋਏ ਕੇ ਤੇ ਗੱਡੀਆਂ ਕੀ ਬੜਾ ਮਤਨੁਕਸਾਨ ਪੁੱਜਾ ਬੱਟਲੇ 5:30 ਮਿੰਟਾਂ ਪਰਛਾਤ ਡਿੱਗੀ ਪਈ ਜਿਸ ਦੇ ਮਗਰਾਂ ਦਿੱਲੀ ਫਾਇਰ ਸਰਵਿਸ ਦੀ ਚਾਰ ਦਮਕਲ ਗੱਟੀਆਂ ਮੌਕੇ ਪਰ ਪੁੱਜੀਆਂ ਦਿੱਲੀ ਪਾਈ ਅੱਡੇ ਦੇ ਪ੍ਰਵਕਤਾ ਹੋਰ ਇਹ ਦੱਸਿਆ ਜੇ ਟਰਮੀਨਲ ਇਕਤਮਾ ਆਉ ਜਾਇ ਉਪਰ ਰੋਕ ਲਾਈ ਦਿੱਤੀ ਗਈ ਹੈ ਤੇ ਇਹਦੇ ਕੰਨੇ ਗਏ ਸੁਰੱਖਿਆ ਉਪਾਏ ਦੇ ਤੌਰ ਪਰ ਚੈੱਕ ਇਨ ਕਾਊਂਟਰ ਵੀ ਬੰਦ ਕਰ ਦਿੱਤੇ ਗਏ ਨੇ ਇਹ ਖਬਰਾਂ ਤੁਸ ਆਕਾਸ਼ਵਾਣੀ ਪ੍ਰਾ ਸੁਨਾਰਤੀਓ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਉਹਦੇ ਰਿਪਬਲਿਕਨ ਪ੍ਰਤੀਦਵੰਦੀ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇ ਵਿਚਕਾਰ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਈ ਦੋਨੇ ਨੇਤਾਇਂ ਅਰਥਵਿਵਸਥਾ ਪਰ ਰਿਕਾਰਡ ਕਿ ਲਈ ਇੱਕ ਦੂਹੇ ਦਿਨ ਨਿੰਤਿਆ ਕੀਤੀ। ਸਾਬਕਾ ਰਾਸ਼ਟਰਪਤੀ 트럼ਪ ਨੇ ਆਪਣੇ ਕਾਰਜਕਾਲ ਦੌਰਾਨ ਅਰਥਵਿਵਸਥਾ ਦੀ ਸਥਿਤੀ ਤੇ ਕੋਵਿਡ ਮਹਾਮਾਰੀ ਕੰਨ ਨਿਭੜਨੇ ਦੇ ਬਾਰੇ ਚ ਆਪਣੇ ਕਾਰਜਕਾਲ ਦੌਰਾਨ ਕੀਤੇ ਗਿਦੇ ਕੰਮੇ ਦਾ ਜ਼ਿਕਰ ਕੀਤਾ। ਰਾਸ਼ਟਰਪਤੀ ਬਾਈਡਨ ਨੇ ਕੋਵਿਡ ਮਹਾਮਾਰੀ ਦੌਰਾਨ ਅਰਥਵਿਵਸਥਾ ਦੇ ਕਥਿਤ ਮਾੜੇ ਪ੍ਰਬੰਧਨ ਲਈ ਉਸ ਵੇਲੇ ਦੀ 트럼ਪ ਸਰਕਾਰ ਨੂੰ ਦੋਸ਼ੀ ਕਰਾਰ ਦਿੱਤਾ। ਬਾਈਡਨ ਨੇ ਆਖਿਆ ਜੇ ਉਹਨੇ ਕੀ ਇੱਕ ਐਸੀ ਅਰਥਵਿਵਸਥਾ ਤੋਂ ਹੀ ਜਿਹੜੀ ਤਬਾਹ ਹੋ ਚੁੱਕੀ ਦੀ ਹੀ ਤੇ ਬੇਰੋਜ਼ਗਾਰੀ ਦੀ ਦਰ 15% ਦੇ ਖਤਰਨਾਕ ਸਤ੍ਰ ਉੱਪਰ ਪੁੱਜੀ ਕੇ ਦਿਖੀ। ਇਹਤੇ ਪਰਤੇ ਚ ਟਰੰਪ ਉਹਨੇ ਦਾਵਾ ਬੰਨਿਆ ਜਿਉਂਦੀ ਹਕੂਮਤ ਦਰਾਨ ਅਮਰੀਕਾ ਦੀ ਅਰਥਵਿਵਸਥਾ ਪੂਰੀ ਦੁਨੀਆ ਚ ਸਭਨੇਸ਼ਾ ਵੱਡੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਰ ਆਉਂਦੇ ਐਤਵਾਰ ਦੇ ਦਿਨੇ 11 ਵਜੇ ਆਕਾਸ਼ਵਾਣੀ ਪਰ ਮਨ ਕੀ ਬਾਤ ਕਾਰਕ੍ਰਮ ਚ ਦੇਸ਼ ਵਿਦੇਸ਼ ਦੇ ਲੋਕਾਂ ਕਨੇ ਆਪਣੇ ਵਿਚਾਰ ਸਾਂਝੇ ਕਰਨਗਨ ਇਸ ਮਾਹਵਾਰ ਰੇਡੀਓ ਕਾਰਕ੍ਰਮ ਦੀ ਇਹ 111ਵੀਂ ਕਿਸ਼ਤ ਹੋਗੋ ਸ਼੍ਰੀ ਮੋਦੀ ਉਹਦੇ ਲਗਾਤਾਰ ਤਰੀ ਬਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਨੇ ਪ੍ਰੰਤ ਮਨ ਕੀ ਬਾਤ ਦਾ ਇਹ ਪਹਿਲਾ ਕਾਰਕ੍ਰਮ ਹੋਗੋ ਇਸੀ ਆਕਾਸ਼ਵਾਣੀ ਦੇ ਸੱਭਿਆ 네트워크 AIR ਨਿਊਜ਼ ਵੈੱਬਸਾਈਟ ਤੇ ਨਿਊਜ਼ ਔਨ AIR ਮੋਬਾਈਲ ਐਪ ਉਪਰ ਵੀ ਪ੍ਰਸਾਰਿਤ ਕੀਤਾ ਜਾਗ ਆਕਾਸ਼ਵਾਣੀ ਸਮਾਚਾਰ ਦੂਰਦਰਸ਼ਨ ਸਮਾਚਾਰ ਪ੍ਰਧਾਨ ਮੰਤਰੀ ਦੇ ਦਫਤਰ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲੇ ਪਰ ਵੀ ਇਹਦੀ ਲਾਈਵ ਸਟ੍ਰੀਮਿੰਗ ਕੀਤੀ ਜਾਗ ਆਕਾਸ਼ਵਾਣੀ ਪਰ ਇੰਦੀਚ ਦੇ ਕਾਰਕ੍ਰਮ ਦੇ ਪ੍ਰਸਾਰਣ ਦੇ ਤੁਰਤ ਮਗਰਾ ਇਹਦਾ ਇਲਾਕਾਈ ਪਾਸ਼ਾਏ ਚ ਅਨੁਵਾਦ ਵੀ ਪ੍ਰਸਾਰਿਤ ਕੀਤਾ ਜਾਗ ਪਰ ਸਰਕਾਰ ਨੇ ਸੰਯੁਕਤ ਰਾਸ਼ਟਰ ਚ ਇੰਦੀ ਦੇ ਇਸਤੇਮਾਲ ਦੀ ਬਦਾਨੇ ਆਸਤੇ ਹਿੰਦੀ ਐਟ ਯੂਨ ਪ੍ਰਯੋਜਨਾ ਲਈ 11.60 ਲੱਖ ਅਮਰੀਕੀ ਡਾਲਰਾਂ ਦਾ ਯੋਗਦਾਨ ਦਿੱਤਾ ਹੈ। ਭਾਰਤ ਦੇ ਸਾਈ ਮਿਸ਼ਨ ਦੇ ਪਰਬਾਰੀ ਆਰ ਰਵਿੰਦਰੋ ਨੇ ਸੰਯੁਕਤ ਰਾਸ਼ਟਰ ਦੇ ਵਿਸ਼ਵਿਕ ਸੰਚਾਰ ਵਿਭਾਗ ਡੀਜੀਸੀ ਦੇ ਸਮਾਚਾਰ ਤੇ ਮੀਡੀਆ ਪ੍ਰਭਾਗ ਦੇ ਡਾਇਰੈਕਟਰ ਇਯਾਨ ਫਿਲੀਪੋਰਿੰਗੀ ਸਜੋਗ ਰਾਸ਼ੀ ਦਾ ਚੈੱਕ ਸੌਂਪਿਆ। ਭਾਰਤ ਨੇ ਬਰੇ 2018 ਥਮਾ ਡਜੀਸੀ ਦੇ ਕੰਨੇ ਸਾਂਝੇਦਾਰੀ ਕੀਤੀ ਹੈ ਜਿੱਥੇ ਸੰਯੁਕਤ ਰਾਸ਼ਟਰ ਦੀ ਸਾਰਵਜਨਿਕ ਪੁੱਜਗੀ 인ਦੀਪਾਸ਼ਾ ਚ ਬਦਾਨੇ ਤੇ ਦੁਨੀਆ ਭਰ ਦੇ ਲੱਖੇ ਬੱਦੇ 인ਦੀਪਾਸ਼ੀ ਲੋਕਾਂ ਬਿਸ਼ਕਰ ਵਿਸ਼ਵਿਕ ਮੁੱਦੇ ਦੇ ਬਾਰੇ ਚ ਮਤੀ ਜਾਗਰੂਕਤਾ ਫੈਲਾਣੇ ਵਾਸਤੇ ਹਿੰਦੀ ਐਟ ਯੂਐਨ ਪ੍ਰਯੋਜਨਾ ਸ਼ੁਰੂ ਕੀਤੀ ਗਈ ਹੈ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਵਾਪਸੀ ਚ ਔਰ ਚਿਰ ਹੋਈ ਜਾਣੇ ਦੀ ਸ਼ੰਕਾ ਰਿਪੋਰਟਾਂ ਥਮਾ ਪਤਾ ਲੱਗ ਗਿਆ ਜੇ ਸਟਾਰਲਾਈਨਰ ਦੀ ਆਲਿਆ ਲਕਸ਼ਿਤ ਵਾਪਸੀ ਦੀ ਤਰੀਖ 6 ਜੁਲਾਈ ਹੈ ਜਿਹੜੇ ਮਿਸ਼ਨ ਦੀ ਯੋਜਨਾ ਮੂਲ ਰੂਪ ਕਰਨੇ 8 ਦਿਨਿਆਸਤੇ ਬਣਾਈ ਕੇਦੀ ਹੀ ਉਹ 1 ਮਹੀਨੇ ਤੱਕ ਅਰਚਲਕ ਇਹਦੇ ਲਾਵਾ ਮੀਡੀਆ ਦੀ ਰਿਪੋਰਟਿੰਗ ਚ ਗੰਭੀਰ aarop ਲਾਇ ਗੇਨ ਜੇ NASA ਤੇ Boeing ਕੀ 5 ਜੂਨ ਕੀ ਲਾਂਚ ਤੋਂ ਪਹਿਲੇ ਗੇ ਸਟਾਈਲਾਈਨਰ ਅੰਤਰਿਕਸ਼ ਯਾਨ ਪਰ ਹੀਲੀਅਮ ਤੇ ਰਿਸਾ ਦੇ ਬਾਰੇ ਚ ਪਤਾ ਲੱਗਾ ਹ ਪਰ ਇਹਦੇ باوجود ਉਸੇ ਲਾਂਚ ਕਰ ਦਿੱਤਾ ਗਿਆ ਲੋਕੇ ਭਲਿਆਂ ਲੋਕੇ ਤੇ ਦਰਮਿਆਨੇ ਦਰਜੇ ਦੇ ਉਦਮੇ ਸਰਬੰਦੀ ਕੇਂਦਰੀ ਮੰਤਰੀ ਜਤਨ ਰਾਮ ਮਾਂਜੀਓਰੇ ਕੱਲ ਨਵੀਂ ਦਿੱਲੀ ਚ ਵਿਸ਼ਵ MSME ਤਿਆੜੇ ਪਰ ਦੋ ਨਮੀਆਂ ਯੋਜਨਾਇ ਦੀ ਸ਼ੁਰੂਆਤ ਕੀਤੀ MSME टीम परियोजना का मकसद 5 लाख लौकी पल्यां लौकी इकाइयों के लिए डिजिटल व्यापार ताई ओपन नेटवर्क बनाना है ਇਤੇ ਲਵਾ ਯਸ਼ਸ਼ਵਨੀ ਅਭਿਆਨ ਦਾ ਮੁੱਖ ਮਕਸਦ ਮਹਿਲਾ ਉਦਮੀਆਂ ਕੀ ਜ਼ਰੂਰੀ ਮਦਦ ਉਪਲਬਧ ਕਰਵਾਣਾ ਹੈ ਇਸ ਦਰਾਂ ਉਦਮੀ ਭਾਰਤ ਕਾਰਕ੍ਰਮ ਕੀ ਸੰਬੋਧਿਤ ਕਰਦੀ ਹੋਈ مانਚੀ ਰੇ ਆਕਿਆ ਜੇ ਤੇਜ਼ੀਆ ਕੰਨੇ ਬਦਲਦੇ ਇਸ ਪਰਿਦ੍ਰਿਸ਼ਯ ਚ ਐਮ ਐਸ ਐਮ ای ਦੀ ਤਕਨੀਕ ਤੇ ਡਿਜੀਟਲਕਰਨ ਬੱਕੀ ਅੱਗੇ ਵਧਨਾ ਪਾਉਗ ਭਾਰਤ ਨੇ ਆਈ ਸੀ ਸੀ ਟੀ 20 ਕ੍ਰਿਕਟ ਵਿਸ਼ਵ ਕੱਪ ਦੇ ਦੂਏ ਸੈਮੀਫਾਈਨਲ ਚ ਇੰਗਲੈਂਡ ਕੀ ਠਾਠ ਰੰਚੇ ਕਨੇ ਰਾਹੀ ਹੈ ਫਾਈਨਲ ਚ ਥਾਰ ਬਨਾਈ ਲਾਤੀ ਹੈ ਕੱਲ ਰਾਤੀ ਗੋਇਆਨਾ ਚੋਏ ਦੇ ਮੁਕਾਬਲੇ ਚ ਇੰਗਲੈਂਡ ਨੇ ਪਹਿਲੇ ਟੌਸ ਜਿੱਤੀ ਗੇਂਦਬਾਜ਼ੀ ਦਾ ਫੈਸਲਾ ਲੇਤਾ ਭਾਰਤ ਨੇ ਬਿੰਗੇ ਓਵਰਿੰਗ ਚ 7 ਵਿਕਟਾਂ ਮੁਆਈਏ 171 ਰਨਸ ਬਣਾਏ ਕਪਤਾਨ ਰੋਹਿਤ ਸ਼ਰਮਾ ਨੇ ਸਬਨੇ ਸ਼ਾਮ ਮਤੇ 53 ਰਨਸ ਬਣਾਏ ਵਰਖਾ ਕਰੀ ਪ੍ਰਭਾਵਿਤ ਹੋਏ ਦੇ ਮੁਕਾਬਲੇ ਚ ਸੂਰੀ ਕੁਮਾਰ ਯਾਦਵ ਨੇ 47 ਰਨਸ ਤੇ ਹਾਰਦਿਕ ਪਾਂਡਿਆ ਨੇ 3 ਰਨਸ ਦੀ ਪਾਰੀ ਖੇਡੀ ਇੰਗਲੈਂਡ ਦੀ ਤਰਫਾ ਕ੍ਰਿਸ ਜਾਰਡਨ ਨੇ ਤਰੇ ਵਿਕਟਾਂ ਜਿਸ ਲਈ ਕਿ ਰੀ ਸਟਾਪਲੇ ਜੋਫਰਾ ਆਰਚਰ ਸੈਮ ਕੁਰਨ ਤੇ ਆਦਿਲ ਰਸ਼ੀਦ ਨੇ ਇੱਕ ਇੱਕ ਵਿਕਟ ਲੈਤੀ 172 ਰਨ ਦੇ ਲਕਸ਼ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ 16 ਓਵਰਾਂ ਤੇ 4 ਗੇਂਦਾਂ ਚ ਗਏ ਛੜੇ 103 ਰਨਾਂ ਪਰ ਟੇਰ ਹੋਈ ਗਈ ਹੈਰੀ ਬਰੁਕ ਨੇ ਇੰਗਲੈਂਡ ਲਈ ਸਭਨੇ ਸ਼ਮਤੇ 55 ਰੰਸ ਬਣਾਏ। ਭਾਰਤ ਦੀ ਤਰਫੋਂ ਕੁਲਦੀਪ ਯਾਦਵ ਤੇ ਅਕਸ਼ਰ ਪਟੇਲ ਨੇ 3-3 ਵਿਕਟਾਂ ਤੇ ਜਸਪ੍ਰੀਤ ਬੁਮਰਾ ਨੇ 2 ਵਿਕਟਾਂ ਲਿਆਤੀਆਂ। ਅਕਸ਼ਰ ਪਟੇਲ ਕੀ ਪਲੇਅਰ ਆਫ ਦਿ ਮੈਚ ਚੁਣਿਆ ਗਿਆ। ਉਹ ਫਾਈਨਲ ਚ ਭਾਰਤੀ ਟੀਮ ਦਾ ਮੁਕਾਬਲਾ ਕੱਲ ਬਾਰਬਾਡੋਸ ਚ ਦੱਖਣ ਅਫਰੀਕਾ ਕਨੇ ਹੋਗਾ। भारतीय ट्रैक एथलीट किरण पहल ने अगले महीने पैरिस होने वाली ओलंपिक खेडें लिए महिलाए के चार सौ मीटर द्रौड़ मुक़ले में क्वालीफाई करी हरियाणा चौवीए बरें किरणें कल पंचकुला आयोजित राष्ट्रीय अंतर्राज्य सीनियर एथलैटिक्स चैंपियनशिप के सेमीफाइनल पजा इशारिया नौ दोेंटें च यह द्रौड़ पूरी की ओलंपिक दाखले मानक समें पजा इशारिया नौ पचिटे ਰਾਸ਼ਟਰਪਤੀ ਹੁੰਦੇ ਅਭਿਭਾਸ਼ਣ ਪਰ ਸੰਸਦ ਦੇ ਦੌਨੇ ਸਦਨੇ ਚ ਧੰਨਵਾਦ ਪ੍ਰਸਤਾਵ ਉਪਰ ਚਰਚਾ ਅੱਜ ਸ਼ੁਰੂ ਹੋਗਾ ਐਲਜੀ ਮਨੋਜ ਸਿਨਾ ਹੋਰੇ ਅੱਜ ਜੰਮੂ ਥਮਾ ਅਮਰਨਾਥ ਸ਼ਰਧਾਲੂਆਂ ਦੇ ਪਹਿਲੇ ਜੱਥੇ ਗੀ ਕਸ਼ਮੀਰ ਲਈ ਰਵਾਨਾ ਕੀਤਾ ਸਾਲਾਨਾ ਯਾਤਰਾ ਕੱਲ ਪਹਿਲਗਾਮ ਤੇ ਬਾਲਟਾਲ ਥਮਾ ਸ਼ੁਰੂ ਹੋਗਾ ਦਿੱਲੀ ਚ ਮੌਲੇਤਾਰ ਬਰਖਾ ਕਰੀ ਜਨਜੀਵਨ ਪ੍ਰਭਾਵਿਤ ਕਈ ਇਲਾਕਿਆਂ ਚ ਬੜਾ ਮਤਾ ਪਾਣੀ ਪਰੋਚੀ ਗਿਆ ਜਿਸ ਕਰੀ ਗੱਡੀਆਂ ਦੀ ਆਵਾਜਾਈ ਪਰ ਮਾੜਾ ਅਸਰ ਪਿਆ ਹੈ ਅਮਰੀਕਾ ਚ ਰਾਸ਼ਟਰਪਤੀ ਚੋਣਾਂ ਚ ਪਹਿਲੇ ਉਹਨੇ ਅਲੀ ਬੈਸੂ ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਮਨੇ ਸਾਹਮਨੇ ਹੋਈਨ ਮਰਦਿੰਦੇ T20 ਕ੍ਰਿਕਟ ਵਿਸ਼ਵ ਕੱਪ ਦੇ ਕੱਲ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਚ ਭਾਰਤ ਨੇ ਇੰਗਲੈਂਡ ਕੀ ਰਾਹੀਏ ਫਾਈਨਲ ਚ ਆਪਣੀ ਥਾਂ ਬਣਾਈ ਲਾਤੀ ਹੈ ਤੇ ਪਾਰਤੀ ਟਰੈਕ ਐਥਲੀਟ ਕਿਰਨ ਪਹਿਲ ਨੇ ਅਗਲੇ ਮਹੀਨੇ ਪੈਰਿਸ ਚ ਹੋਣਿਆਲੀ 올림픽 ਖੇਡਣ ਲਈ ਮਹਿਲਾਇਨ ਦੇ 400 ਮੀਟਰ ਦੌੜ ਮੁਕਾਬਲੇ ਲਈ ਕੁਆਲੀਫਾਈ ਕਰੀ ਲਿਆਤਾ ਹੈ ਖਬਰਿੰਦੇ ਇਸ ਬੁਲਟਿਨ ਚ ਬਸ ਇਨਾ ਗੈ